ਸੁਣਿਓ ਹਲਕਾ ਵਿਧਾਨ ਸਭਾ ਹਲਕਾ ਜਿਹੜਾ ਹੈਗਾ ਅਮਲੋ ਉਹਦੇ ਵਿੱਚ ਕਿਸ ਤਰ੍ਹਾਂ ਦੀਆਂ ਸਮੱਸਿਆਵਾਂ ਨੇ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਜਿਹੜੇ ਉਮੀਦਵਾਰ ਨੇ ਕੀ ਉਮੀਦ ਲੈ ਕੇ ਜਾ ਰਹੇ ਲੋਕਾਂ ਤੱਕ ਜੀ? ਦੇਖੋ ਪਹਿਲਾਂ ਤਾਂ ਮੈਂ ਦਰਸ਼ਕਾਂ ਨੂੰ ਫਤਿਹ ਬੁਲਾਉਂਦਾ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਸੀਂ ਜਿਹੜਾ ਵਿਕਾਸ ਕੀਤਾ ਪਿਛਲੇ ਸਾਲਾਂ 'ਚ ਸਰ ਗੁਰਪ੍ਰੀਤ ਸਿੰਘ ਰਾਜੂ ਖੰਨਾ ਦੇ ਨਾਲ ਲਾ ਕੇ ਅਤੇ ਉਹਨਾਂ ਦੀ ਅਗਵਾਈ 'ਚ ਸਾਨੂੰ ਸੰਗਤ ਦਰਸ਼ਨਾਂ ਰਾਹੀਂ ਅਤੇ ਸਰ ਪ੍ਰਕਾਸ਼ ਸਿੰਘ ਬਾਦਲ ਦੇ ਜੋ ਸਾਨੂੰ ਹਦਾਇਤਾਂ ਸੀਗੀਆਂ, ਸਭ ਤੋਂ ਪਹਿਲਾਂ ਤਾਂ 250 ਕਰੋੜ ਰੁਪਈਆ ਸਾਨੂੰ ਹਲਕੇ 'ਚ ਮਿਲਿਆ, ਜਿਹਦੇ 'ਚ ਓਵਰਬ੍ਰਿਜ ਜਿਹੜਾ ਅਸੀਂ ਆਪਣੇ ਗੋਬਿੰਦਗੜ੍ਹ ਵਾਲਾ 32 ਕਰੋੜ ਰੁਪਈਆ PWD ਦੇ ਕੋਲ ਉਹਦਾ ਜਮ੍ਹਾਂ ਹੋਇਆ। ਸਰ ਸੁਖਬੀਰ ਸਿੰਘ ਬਾਦਲ ਸਾਡੇ ਪਾਰਟੀ ਪ੍ਰਧਾਨ ਨੇ ਨੀਂਹ ਪੱਥਰ ਰੱਖਿਆ। ਉਹ ਤੋਂ ਅੱਗੇ ਜੋ ਫਤਿਹਗੜ੍ਹ ਸਾਹਿਬ ਦੀ 3 ਤੇ 4 ਕਿਲੋਮੀਟਰ ਦੀ ਰੋਡ ਹੈ ਉਹਨੂੰ ਚੌੜਾ ਕਰਕੇ ਤਿਆਰ ਕਰਕੇ ਉਹ ਲੋਕਾਂ ਨੂੰ ਸਮਰਪਿਤ ਕੀਤੀ। ਜਿਹੜਾ ਪੁਲ ਹੈ, ਕਿਉਂਕਿ ਕਾਂਗਰਸ ਦੀ ਸਰਕਾਰ ਬਣ ਗਈ, ਇਹਨਾਂ ਨੇ 5.5 ਸਾਲ 'ਚ ਉਹਨੂੰ ਕੋਈ ਅਗਾਂਹ ਵਧਾਉਣ ਦੀ ਗੱਲ ਨਹੀਂ ਕੀਤੀ, ਨਾ ਉਹਦੀ ਉਸਾਰੀ ਵੱਲ ਧਿਆਨ ਦਿੱਤਾ। ਉਸ ਤੋਂ ਇਲਾਵਾ ਅਸੀਂ ਬੱਸ ਸਟੈਂਡ ਹੈ ਇੱਕ ਬੜਾ ਖੂਬਸੂਰਤ, ਉਹ ਬਣਾਇਆ। ਉਹ ਤੋਂ ਇਲਾਵਾ ਜਿਹੜੀਆਂ ਪੇਂਡੂ ਸੜਕਾਂ ਸੀ ਉਹਨਾਂ ਨੂੰ ਸਾਰੀਆਂ ਨੂੰ ਮੁਰੰਮਤ ਕਰਕੇ ਅਤੇ PC ਪਾ ਕੇ ਲੋਕਾਂ ਦੇ ਹਵਾਲੇ ਕੀਤੀਆਂ। ਉਸ ਤੋਂ ਇਲਾਵਾ ਵਿਕਾਸ ਦੇ ਲਈ ਗ੍ਰਾਂਟਾਂ ਲੋਕਾਂ ਨੂੰ ਪਿੰਡਾਂ ਦੇ ਵਿੱਚ ਵਿਕਾਸ ਲਈ, ਅਤੇ ਬੇਟੀਆਂ ਨੂੰ ਸਾਈਕਲ, ਸਭ ਦਾ ਸੈਂਟਰ ਜਿਹੜੇ ਬਣਾਏ ਉਹਨਾਂ ਦੀ ਲੋਕਾਂ ਨੂੰ ਬੜੀ ਵੱਡੀ ਸਹੂਲਤ ਹੋਈ ਸੀ। ਉਸ ਤੋਂ ਇਲਾਵਾ ਭਾਵੇਂ ਕੋਈ ਕਾਂਗਰਸੀ ਸੀ, ਭਾਵੇਂ ਕੋਈ ਕਿਸੇ ਪਾਰਟੀ ਦਾ ਸੀ, ਜਦੋਂ ਸਾਡੇ ਪਾਰਟੀ ਪ੍ਰਧਾਨ ਅਤੇ ਸਾਡੇ ਚੀਫ ਮਿਨਿਸਟਰ ਆਉਂਦੇ ਸੀ ਸੰਗਤ ਦਰਸ਼ਨ ਦੇ ਰਾਹੀਂ, ਹਰ ਇੱਕ ਵਰਗ ਨੂੰ ਜਿਹੜੀ ਹੈ ਸਹੂਲਤ ਮਿਲਦੀ ਸੀਗੀ। ਅੱਜ ਦੇ ਟਾਈਮ 'ਚ ਮੇਰੇ ਅਤੇ ਰਾਜੂ ਖੰਨੇ ਦੇ ਜਦੋਂ ਅਸੀਂ ਸਾਡੇ ਬੰਦਿਆਂ ਦੇ ਪੇਪਰ ਕੈਂਸਲ ਕਰਨ ਲੱਗੇ, ਅਸੀਂ ਨਿਆਂ ਮੰਗਿਆ ਅਤੇ ਸਾਡੇ ਖਿਲਾਫ਼ ਪਰਚੇ ਦਰਜ ਕਰਕੇ ਸਾਨੂੰ ਅੰਦਰ ਕੀਤਾ ਗਿਆ। ਸਾਡੇ ਵੇਲੇ ਇੱਕ ਵੀ ਪਰਚਾ ਕਿਸੇ ਕਾਂਗਰਸੀ ਦੇ ਹੋਵੇ ਅਸੀਂ ਮੰਨ ਜਾਵਾਂਗੇ। ਉਹਨਾਂ ਦੀ ਉਹ ਕੰਮ ਕਰਦੇ ਰਹੇ ਜਿਸ ਦਿਨ 'ਤੇ ਗੁਰਪ੍ਰੀਤ ਸਿੰਘ ਜੀ ਰਾਜੂ ਖੰਨਾ ਆਏ ਨੇ, ਸਾਨੂੰ ਹਦਾਇਤਾਂ ਸੀ ਬਾਦਲ ਸਾਹਿਬ ਵੱਲੋਂ ਵੀ ਕਿਸੇ ਨਾਲ ਕੋਈ ਧੱਕਾ ਨਹੀਂ ਕਰਨਾ। ਰਾਜੂ ਦਾ ਸੁਭਾਅ ਆਪ ਬੜਾ ਨਿਰਮਤਾ ਵਾਲਾ ਹੈ ਅਤੇ ਇਹੋ ਜਿਹਾ ਕੈਂਡੀਡੇਟ ਹਲਕੇ ਨੂੰ ਪਹਿਲੀ ਵਾਰ ਮਿਲਿਆ ਜਿਹੜਾ ਇਹਨੇ ਲੋਕਾਂ ਦਾ ਵਿਸ਼ਵਾਸ ਜਿੱਤ ਕੇ ਲੋਕਾਂ 'ਚ ਗਿਆ। ਸਰ ਸਰਦਾਰ ਟੋੜਾ, ਜਿਹੜੇ ਗੁਰਚਰਨ ਸਿੰਘ ਜੀ ਟੋੜਾ, ਉਹਨਾਂ ਦੇ ਦੋਹਤਰੇ ਇਸ ਟਾਈਮ BJP 'ਚ ਆ ਕੇ ਆਪਣੀ ਕਿਸਮਤ ਅਜਮਾ ਰਹੇ ਨੇ, ਹਾਂਜੀ ਕੀ ਕਹਿਣਾ ਚਾਹੁੰਦੇ ਜੀ? ਉਹ ਉਹਨਾਂ ਦਾ ਆਪਣਾ ਫੈਸਲਾ ਜੀ, ਸਾਡੀ ਪਾਰਟੀ ਦਾ ਫੈਸਲਾ ਹੈ ਜਿਹੜਾ, ਉਹ ਸ਼੍ਰੋਮਣੀ ਅਕਾਲੀ ਦਲ ਹੈ, ਸ਼੍ਰੋਮਣੀ ਅਕਾਲੀ ਦਲ ਨਾਲ ਅਸੀਂ ਸ਼ੁਰੂ ਤੋਂ ਜੁੜੇ ਹੋਏ ਹਾਂ। ਟੌੜਾ ਸਾਹਿਬ ਦੀ ਆਪਣੀ ਹੋਂਦ ਸੀਗੀ, ਅੱਜ ਜੋ ਉਹਨਾਂ ਨੇ ਆਪਣੇ BJP ਜਿਹੜੀ ਜੁਆਇਨ ਕੀਤੀ ਹੈ, ਉਹਨਾਂ ਦਾ ਪਰਿਵਾਰਕ ਫੈਸਲਾ ਹੋ ਸਕਦਾ। ਅਸੀਂ ਸ਼੍ਰੋਮਣੀ ਅਕਾਲੀ ਦਲ ਨਾਲ ਖੜ੍ਹੇ ਹਾਂ ਅਤੇ ਅਕਾਲੀ ਦਲ ਦੀ ਉਹ ਸਪੋਰਟ 'ਤੇ ਸਾਰੇ ਵਰਕਰ ਕੰਮ ਕਰ ਰਹੇ ਹੈ। ਸਭ ਤੋਂ ਵੱਡੀ ਖੁਸ਼ੀ ਦੀ ਗੱਲ ਹੈ, ਰਾਜੂ ਖੰਨਾ ਜੀ ਦੇ ਖਿਲਾਫ਼ ਅਮਲੋ 'ਚੋਂ ਇੱਕ ਵੀ ਅਕਾਲੀ ਦਲ ਦਾ ਕੋਈ ਵੀ ਵਰਕਰ ਉੱਠ ਕੇ ਇਹਦੀ ਵਿਰੋਧਤਾ ਨਹੀਂ ਕੀਤੀ। ਅੱਜ ਭਾਵੇਂ ਮੈਨੂੰ ਬੜਾ ਲੰਬਾ ਸਮਾਂ ਹੋ ਗਿਆ ਅਕਾਲੀ ਦਲ ਦੀ ਸੇਵਾ ਕਰਦੇ ਨੂੰ, ਸਾਨੂੰ ਇਹ ਬੱਚਿਆਂ ਬਰਾਬਰ ਹੈ ਅਤੇ ਬਾਲ ਜਿੰਨਾ ਵੀ ਸਾਡਾ ਕਦੇ ਕੋਈ ਫਲ ਨੂੰ ਆਉਂਦਾ। ਸਾਡਾ ਏਰੀਆ ਹੈ ਜਿਹੜਾ, ਇਹ ਬੈਲਟ ਹੈ ਪੂਰੀ, ਆਲੂ ਅਤੇ ਸੂਰਜਮੁਖੀ ਸਾਰੀਆਂ ਫਸਲਾਂ ਹੁੰਦੀਆਂ ਨੇ, ਇਸ ਕਰਕੇ ਜਦੋਂ ਖਰਾਬਾ ਹੋਇਆ ਬਰਸਾਤ ਬੇਮੌਸਮੀ ਪੈ ਗਈ। ਇਸ ਹਲਕੇ 'ਚੋਂ ਰਿਪੋਰਟ DC ਨੂੰ ਇਹ ਦਿੱਤੀ ਗਈ ਵੀ ਸਾਡੇ ਹਲਕੇ 'ਚ ਕੋਈ ਖਰਾਬਾ ਹੀ ਨਹੀਂ ਹੋਇਆ, ਪਰ ਲੇਕਿਨ ਸਾਡੀ ਪਾਰਟੀ ਨੇ ਰਾਜੂ ਖੰਨਾ ਜੀ ਨੂੰ ਨਾਲ ਲੈ ਕੇ, ਰਾਜੂ ਖੰਨਾ ਜੀ ਨੇ ਵਰਕਰਾਂ ਨੂੰ ਲੈ ਲਗਾਤਾਰ 11 ਘੰਟੇ ਘੇਰਿਆ ਅਤੇ DC ਸਾਹਿਬ ਦੀ ਹਿੰਮਤ ਸਦਕਾ ਜਾਂ ਸਹਿਯੋਗ ਸਦਕਾ ਉਹ ਸ਼ਾਮ ਨੂੰ ਸਾਨੂੰ ਆ ਕੇ ਲਗਭਗ ਦਫ਼ਤਰ ਖੋਲ੍ਹ ਕੇ 11 ਵਜੇ ਗਰਦਾਵਰੀ ਦੇ ਆਰਡਰ ਦੇ ਕੇ ਗਏ ਅਤੇ ਉਸ ਤੋਂ ਬਾਅਦ ਅਸੀਂ ਧਰਨਾ ਚੱਕਿਆ। ਗਰਦਾਵਰੀ ਲੋਕਾਂ ਦੀ ਨਿਰਪੱਖ ਤੌਰ 'ਤੇ ਹੋਈ ਆ ਅਤੇ ਗਰਦਾਵਰੀ ਦੇ ਮੁਤਾਬਕ ਉਹਨਾਂ ਨੂੰ ਜਿਹੜਾ ਉਹਨਾਂ ਦਾ ਨੁਕਸਾਨ ਹੈ ਉਹ ਬਿਲਕੁਲ ਮਿਲਣ ਦੇ ਲਈ ਤਿਆਰ ਹੈ। ਅਤੇ ਮੈਂ ਇਹੀ ਗੱਲ ਕਹਿੰਦਾ, ਰੋਡਾਂ ਦੇਖੋ, ਗੋਬਿੰਦਗੜ੍ਹ ਤੋਂ ਲੈ ਕੇ ਜਿਹੜੀ 90 ਤੱਕ ਰੋਡ ਹੈ ਟੁੱਟੀ, ਜਿਹੜਾ ਵੈਟ ਰੰਗ ਦਾ ਪੱਥਰ ਹੈ PWD ਸਾਰਾ ਪੈ ਰਿਹਾ, ਨਾ ਕਦੇ ਐਕਸ਼ਨ ਨਾ ਕਦੇ SDO, ਕਿਸੇ ਨੇ ਆ ਕੇ ਇਲਾਕੇ 'ਚ ਕੋਈ ਗੱਲ ਨਹੀਂ ਕੀਤੀ। ਫਟਾਫਟ ਚੈੱਕ ਕੱਟ ਕੇ ਪੇਮੈਂਟਾਂ ਹੋ ਰਹੀਆਂ ਨੇ, ਕੋਈ ਕਿਸੇ ਕਿਸਮ ਦੀ ਕੋਈ ਜਿਹੜੀ ਹੈ। ਆ ਇੱਕ ਰੋਡ ਹੋਰ ਤੁਹਾਨੂੰ ਦੱਸਦਾ, ਜਲਾਲਪੁਰ ਤੋਂ ਭਮਾਰ ਸੀ, ਉਹ ਮਿੱਟੀ ਦੇ ਉੱਤੇ ਲੁੱਕ ਪਾ ਰਹੇ ਸੀ। ਅਸੀਂ ਐਕਸ਼ਨ ਸਾਹਿਬ ਨੂੰ ਫੋਨ ਕੀਤਾ,
तो SDO उन्होंने कहा भी असी रोक देंगे लेकिन रात को पा के चलेगी। तुसी आज जे तुसी चैनल राही देखना चाहते हो जाके सड़क देखो वो जड़ी बज रही है खिलर के एक पासे होगी इलाके का पैसा जो अफसर दोषी पाए गए भावें वह PWD का एक्शन हो SDO हो जो इनकुआरी होगी दोषी पाए गए उन्होंने अंदर डकांगे क्योंकि आप ठेकेदार बने हुए ने अफसरान दी ठेकेदार नाल सांझ चल रही है। किसी ने लुक प्लांट लाया होया कोई अपने मुंडे दे राही कर रहा बड़ा बड़ा इस चीज़ का अज पंजाब च नुकसान हो रहा। हुण तुसी वेखो असी पिछे भी कहा भी शराब दियां फैक्ट्रियां फड़ियां जा रही ने पंजाब शामिल है इनकुआरी दे विच साबित हो गया जिहड़े इह जे गलत अफसर ने वह आम बंदे नूं तां चक के अंदर कर दिंदे आ लेकिन आप मिली भुगती नाल सारा नशा जिहड़ा इलाके दे विच और पंजाब च बिक रहा सिर्फ तो सिर्फ बादलों नूं बदनाम करके जां मजीठिया साहब नूं अंदर करके नहीं इदां दीआं गल्लां हो सकदियां। ये लोग उहदे कोलों 11 करोड़ रुपया फड़िया गया इहदा कहिंदा सी 5 रुपये रेता कर दांगे 5 रुपये तां छड्डो भाणजे कोलों भारी रकम जिहड़ी फड़ी गई है वह कित्थों आई है। ये कहिंदे माइनिंग है जिहड़ी अकालिया ने कराई है तुहाडे सामने साबित हो गया लोगों नूं पता इस गल दा लोग बड़े इस चीज़ तो सियाने ने अज वो सिर्फ तो सिर्फ श्रोमणी अकाली दल सर सुखबीर सिंह बादल नूं बहुजन समाज पार्टी का गठजोड़ है उन्होंने प्रधान बनाना चाहते हैं तो चीफ मिनिस्टर तो सर गुरप्रीत सिंह राजू खन्ने ने जिहड़ी अणथ बिल्कुल नहीं BJP ने बड़ा नुकसान पंजाब का किया तो साढ़े 750-800 जिहड़ा किसान है उन्हां दी डैथ BJP कारण हुई है क्योंकि अज जिहड़ा पंजाब दा हिंदुस्तान दा सॉरी चीफ प्रधानमंत्री है पंजाब वोटा मंगना रहा उन्हूं शर्म आनी चाहिए है क्योंकि उन्हें एक साल लगातार जिहड़े किसान ने साडे वो सड़कां दे रोले ने ते कई दे पिछले हफ्ते साडी एक पिंड दे विच आमणो सामने टक्कर हुई सारिआं दी पर BJP नूं कोई किसान मूँह नहीं ला रहा ना पिंड वाला बहुत बड़ा नुकसान साडा इन्हां करके होया जिथे साडे किसानां दी मौत हुई है उत्थे आर्थिक तौर पर ना तो अपने पशुओं का पूरा जिहड़ा देखभाल कर सके हैं ना वो अपनी फसल का देखभाल कर सके कईआं दीआं रिश्तेदारियां च डैथां होईआं जां खुशियां होईआं उहनां च साडा किसान नहीं जा सकिया ਪਾਉਣ ਨੂੰ ਤਿਆਰ ਹੈ ਤੇ ਮੈਂ ਇਹੀ ਲੋਕਾਂ ਨੂੰ ਤੇ ਆਮ ਵਿਅਕਤੀਆਂ ਨੂੰ ਇਹ ਗੱਲ ਕਹਿਣਾ ਹਲਕੇ ਨੂੰ ਖਸਿਆਲ ਕਰਨ ਲਈ ਜਿਵੇਂ ਆਪਾਂ ਪਹਿਲਾਂ ਪਿਛਲੇ ਸਾਲਾਂ 'ਚ ਤੇਜ਼ੀ ਲਿਆਂਦੀ ਸੀ ਉਸ ਢੰਗ ਨਾਲ ਗੁਰਪ੍ਰੀਤ ਸਿੰਘ ਰਾਜੂ ਖੰਨਾ ਨੂੰ ਵੋਟਾਂ ਪਾ ਕੇ ਕਾਮਯਾਬ ਕਰੋ ਤਾਂ ਕਿ ਹਲਕੇ ਦਾ ਵਿਕਾਸ ਹੋਵੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।